ਇਹ ਜੋ ਫੈਸਲਾ ਸੁਖਬੀਰ ਨੇ ਕੀਤਾ, ਇਹ ਕੋਈ ਵੀ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਨਹੀਂ ਕਰਦਾ। ਸੁਖਬੀਰ ਪ੍ਰਧਾਨ ਹੀ ਇਹ ਡਿਕਟੇਟਰ ਆ। ਡਿਕਟੇਟਰ ਹਮੇਸ਼ਾ ਗਲਤ ਫੈਸਲੇ ਲੈਂਦੇ ਆ, ਔਰ ਸੁਖਬੀਰ ਦੀ ਡਿਕਟੇਟਰਸ਼ਿਪ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ। ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਅਕਾਲੀ ਦਲ ਇੰਨਾ ਥੱਲੇ ਖਿਲ ਗਿਆ, ਕੀ ਕਾਰਨ ਕੀ ਆ? ਅਕਾਲੀ ਦਲ ਬਾਦਲ ਦੇ ਨਿਆਣਿਆਂ ਕਰਕੇ ਥੱਲੇ ਗਿਆ। ਬਾਦਲ ਦੇ ਨਿਆਣੇ ਪਾਸੇ ਹੋ ਜਾਣ, ਅਕਾਲੀ ਦਲ ਫਿਰ ਉਹਦਾ ਆਪਣੇ ਪੈਰਾਂ 'ਤੇ ਆ। ਕਿਉਂ ਜਿਹੜਾ ਵਾ ਲਗਾਤਾਰ ਮੰਗ ਉੱਠ ਰਹੀ ਹੈ ਸੁਖਬੀਰ ਦੇ ਜਿਹੜਾ ਵਾ ਅਸਤੀਫਾ ਦੇ ਦੇਣਾ ਚਾਹੀਦਾ, ਕੀ ਕਾਰਨ ਹੈ ਕਿਉਂ ਸੁਖਬੀਰ ਅਸਤੀਫਾ ਨਹੀਂ? ਇਹ ਤਾਂ ਕਾਰਨ ਬੜਾ ਸਾਫ਼ ਆ ਵੀ ਜਦੋਂ ਦੇ ਸੁਖਬੀਰ ਬਾਦਲ ਪ੍ਰਧਾਨ ਬਣਿਆ ਉਦੋਂ ਤਾਂ ਉਹਨੇ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਕੀਤੀ ਸਵਾਏ ਡਿਕਟੇਟਰਸ਼ਿਪ। ਕਾਰਨ ਕੀ ਮੰਨਦੇ ਜੋ ਇੰਨਾ ਥੱਲੇ ਚੱਲ ਜਾਣਾ ਇੱਕਦਮ, ਜਿਹੜਾ ਵਾ ਜਿਸ ਤਰੀਕੇ ਨਾਲ ਆਵਾਜ਼ ਵੀ ਉੱਠ ਰਹੀ ਹੈ ਅਕਾਲੀ ਦਲ ਨੂੰ ਬਚਾਉਣ ਵਾਸਤੇ ਕਿ ਸੁਖਬੀਰ ਨੂੰ ਪਾਸੇ ਹੋ ਜਾਣਾ ਚਾਹੀਦਾ, ਸੁਖਬੀਰ ਬਾਦਲ ਪਾਸੇ ਨਹੀਂ? ਉਹ ਕਾਰਨ ਇਹ ਆ ਬਈ ਬੜਾ ਸਾਫ਼ ਤੁਸੀਂ ਵੇਖਿਆ ਜੋ ਸੁਖਬੀਰ ਨੇ ਉਹ ਜਿਹੜਾ ਸਾਹ ਦਾ ਸਰਸੇ ਵਾਲਾ ਜੋ ਉਹਨੂੰ ਗਲਤ ਮਾਫ਼ੀ ਕੀਤੀ, ਜੋ ਬੇਅਦਬੀ ਹੋਈ, ਜੋ ਉਹਦੀ ਫਿਲਮ ਚਲਾਉਣ ਲਈ 90 ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਖਰਚਿਆ, ਇਹਦੀਆਂ ਗਲਤੀਆਂ ਕਰਕੇ ਅਕਾਲੀ ਦਲ ਜ਼ੀਰੋ ਹੋਇਆ। ਲੱਗਦਾ ਵਾ ਕਿ ਉਹਨਾਂ ਦੇ ਸਾਥੀਆਂ ਨੇ ਜਿਸ ਤਰੀਕਾ ਖਿਮਾ ਜਾਚਣਾ ਪੱਤਰ ਦਿੱਤਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਸੁਖਬੀਰ ਬਾਦਲ ਨੂੰ ਵੀ ਜਿਹੜੇ ਵੀ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਉਹਨਾਂ ਸਾਰਿਆਂ ਨੇ ਗਲਤੀ ਮੰਨੀ? ਸੁਖਬੀਰ ਨੇ ਜਿਹੜਾ ਡਿਕਟੇਟਰ ਹੁੰਦਾ ਭਾਵੇਂ ਕਿਸੇ ਮੁਲਕ ਦਾ ਹੋਵੇ ਭਾਵੇਂ ਕਿਸੇ ਪਾਰਟੀ ਦਾ ਹੋਵੇ, ਡਿਕਟੇਟਰ ਕਦੇ ਗਲਤੀ ਨਹੀਂ ਮੰਨਦੇ ਹੁੰਦੇ, ਡਿਕਟੇਟਰ ਤਾਂ ਖਤਮ ਕਰਕੇ ਜਾਂਦੇ ਹੁੰਦੇ। ਲੱਗਦਾ ਅਕਾਲੀ ਦਲ ਇਸ ਤਰੀਕੇ ਨਾਲ ਖਤਮ ਹੋ ਜਾਊਗਾ ਜਿਸ ਤਰੀਕੇ? ਦੇਖੋ ਇਹਨੇ ਤਾਂ ਖਤਮ ਕਰ ਦਿੱਤਾ, ਜੇ ਪਾਸੇ ਹੋ ਜਾਏ ਤਾਂ ਅਕਾਲੀ ਦਲ ਰਿਵਾਈਵ ਹੋ ਜੂ। ਬਚਾਅ ਕਿੱਦਾਂ ਹੋ ਸਕਦਾ ਅਕਾਲੀ ਦਲ ਦਾ? ਅਕਾਲੀ ਦਲ ਦਾ ਬਚਾਅ ਇਹੋ ਹੀ ਆ ਬਈ ਇਹ ਸਾਰੇ ਰਿਸ਼ਤੇਦਾਰ ਪਾਸੇ ਹੋ ਜਾਣ ਅਤੇ ਕੋਈ ਵੀ ਥਰਡ ਬੰਦਾ ਅਕਾਲੀ ਦਲ ਦੀ ਸੇਵਾ ਕਰੇ ਤਾਂ ਅਕਾਲੀ ਦਲ ਰਿਵਾਈਵ ਹੋ ਜੂ। ਵੇਖੋ ਲੋਕਾਂ ਨੂੰ ਜੋ ਪ੍ਰਦੀਪ ਨੇ ਕਿਹਾ ਹੈ ਲੋਕਾਂ ਨੂੰ ਇਹ ਪਤਾ ਸੀ, ਪਰ ਪ੍ਰਦੀਪ ਨੇ ਉਹਨੂੰ ਕਨਫਰਮ ਕਰ ਦਿੱਤਾ, ਉੱਤੇ ਮੋਹਰ ਲਾ ਦਿੱਤੀ ਆ ਬਈ ਵਾਕਿਆ ਹੀ ਸੱਚੇ ਸੀ। ਇਸ ਵੇਲੇ ਉਹਦੇ ਬਿਆਨ ਆਏ ਜਦੋਂ ਅਕਾਲੀ ਦਲ ਦੇ ਵਿੱਚ ਵਖਰੇਵੇਂ ਚੱਲ ਰਹੇ, ਪਾਟੋਧਾਰ ਚੱਲ ਰਹੀ, ਕਿ ਸਿਆਸੀ ਨਹੀਂ ਜ਼ਿਆਦਾ ਉਹਦੇ ਵਿੱਚ ਪ੍ਰਦੀਪ ਦੇ ਬਿਆਨਬਾਜ਼ੀ ਦੇ ਵਿੱਚ? ਮੈਂ ਇਹਨੂੰ ਸਿਆਸੀ ਨਹੀਂ ਸਮਝਦਾ। ਸਿਆਸੀ ਉਹ ਹੁੰਦਾ ਹੈ ਕੋਈ ਨਵੀਂ ਚੀਜ਼ ਆਵੇ, ਇਹ ਤਾਂ ਬੜੀ ਪੁਰਾਣੀ ਗੱਲ ਆ। ਹਾਂਜੀ ਇਹ ਹੈਗਾ ਬਈ ਉਹਦੇ ਬਿਆਨ ਦੇ ਨਾਲ ਲੋਕ ਫਿਰ ਜਾਗ ਪਏ ਆ। ਜਿਵੇਂ ਦੇਖਿਆ ਕਿ ਬੇਅਦਬੀ ਦੀਆਂ ਜਿਹੜੇ ਹੈਗੇ ਸੀ ਦੋਸ਼ੀ, ਉਹਨਾਂ ਨੂੰ ਸਜ਼ਾਵਾਂ ਨਹੀਂ ਹੁਣ ਤੱਕ ਮਿਲੀਆਂ, ਅਕਾਲੀ ਸਰਕਾਰ ਵੱਲੋਂ ਬੇਅਦਬੀ ਹੋਈ, ਕਾਂਗਰਸ ਵੀ ਸਰਕਾਰ ਆਈ ਉਹਨਾਂ ਵੀ ਕੋਈ ਸਜ਼ਾਵਾਂ ਨਹੀਂ ਦਿੱਤੀਆਂ, ਹੁਣ ਵਾਲੀ ਸਰਕਾਰ ਦਾ ਰਵੱਈਆ ਕਿਵੇਂ ਦੇ? ਉਹ ਗੱਲ ਇਹ ਆ ਕੋਈ ਵੀ ਸਰਕਾਰ ਆ ਜਾਏ ਜਿਹੜੇ 86 ਬੰਦੇ ਨੇ ਉਹਨਾਂ ਨੂੰ ਸਿਆਸਤ ਪਹਿਲਾਂ ਅਤੇ ਅਸਲੀਅਤ ਬਾਅਦ ਵਿੱਚ, ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਵੋਟਾਂ ਦੀ ਖਾਤਰ ਉਹ ਸਾਧ ਕੋਲੋਂ ਵੋਟਾਂ ਲੈਣ ਦੀ ਖਾਤਰ ਕੋਈ ਵੀ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੀ। ਆਸ ਲੱਗਦੀ ਹੈ ਕਿ ਮਿਲ ਜੂ ਇਨਸਾਫ? ਮੈਨੂੰ ਤਾਂ ਇੱਦਾਂ ਜਾਂਦੀ ਆ।